ਪਹਿਲੀ ਸਰਕਾਰ ਹੈ ਜਿਹੜੀ ਲੋਕ ਪੱਖੀ ਸਰਕਾਰ ਹੈ। ਮੇਰੇ ਬਜ਼ੁਰਗ ਬੈਠੇ ਨੇ, ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ। ਲਾਈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜਾਵੇ, ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ, ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ, ਉਦੋਂ ਬਾਪੂ ਜੀ ਹੁਣੀ ਮੈਨੂੰ ਲੱਗਦਾ ਵੱਟਾਂ 'ਤੇ ਘੁੰਮਦੇ ਸੀ ਅਤੇ ਬਿਜਲੀ ਦਾ ਉਡੀਕ ਕਰਦੇ ਸੀ ਵੀ ਕਿੰਨੇ ਕੁ ਵਜੇ ਆਊਗੀ। ਸੋ ਮਾਨ ਸਰਕਾਰ ਨੇ ਪਹਿਲਾਂ ਆਉਂਦਿਆਂ ਹੀ, ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ, ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੇ ਜੂਨ ਸੌਖੀ ਕਰਨੀ ਹੈ ਤਾਂ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ। ਜੇ ਬਿਜਲੀ ਦੇਣੀ ਹੋਈ ਹੈ ਤਾਂ ਦਿਨ 'ਚ ਦੇਣੀ ਹੈ। ਬਿਜਲੀ ਦਿੰਦੇ ਤਾਂ ਪਹਿਲਾਂ ਵੀ ਸੀਗੇ, ਪਰ ਟੁੱਟਵੀਂ ਆਉਂਦੀ ਸੀ, ਲੇਟ ਆਉਂਦੀ ਸੀ, ਜਿਹਦੇ ਕਰਕੇ ਤੁਹਾਨੂੰ ਖੱਜਲ ਖੁਆਰੀ ਜ਼ਿਆਦਾ ਹੁੰਦੀ ਸੀ। ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ, ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ, ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ ਜਾਂ ਪਾਕਿਸਤਾਨ ਨੂੰ ਜਾ ਰਿਹਾ। ਮਾਨ ਸਰਕਾਰ ਆਈ ਹੈ, ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੀ ਨਹਿਰੀ ਪਾਣੀ ਹੈ, ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ, ਸਾਡਾ ਧਰਤੀ ਹੇਠਲਾ ਪਾਣੀ ਬਚੇ, ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ। ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤਾਂ ਉਹੀ ਰੰਗਲੀ, ਉਹੀ ਹੱਸਦੀ ਵਸਦੀ ਧਰਤੀ ਦੇ ਕੇ ਜਾਈਏ, ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸਾਂਭ ਕੇ ਰੱਖਿਆ ਸੀ। ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ, ਜਿਹੜੇ ਵੀ ਹੋਰ ਕੰਮ ਕਾਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ, ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਆਉਂਦੇ ਰਹਾਂਗੇ। ਪਹਿਲੀ ਸਰਕਾਰ ਹੈ ਜਿਹੜੀ ਲੋਕ ਪੱਖੀ ਸਰਕਾਰ ਹੈ। ਮੇਰੇ ਬਜ਼ੁਰਗ ਬੈਠੇ ਨੇ, ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ। ਲਾਈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜਾਵੇ, ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ, ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ, ਉਦੋਂ ਬਾਪੂ ਜੀ ਹੁਣੀ ਮੈਨੂੰ ਲੱਗਦਾ ਵੱਟਾਂ 'ਤੇ ਘੁੰਮਦੇ ਸੀ ਅਤੇ ਬਿਜਲੀ ਦਾ ਉਡੀਕ ਕਰਦੇ ਸੀ ਵੀ ਕਿੰਨੇ ਕੁ ਵਜੇ ਆਊਗੀ। ਸੋ ਮਾਨ ਸਰਕਾਰ ਨੇ ਪਹਿਲਾਂ ਆਉਂਦਿਆਂ ਹੀ, ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ, ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੇ ਜੂਨ ਸੌਖੀ ਕਰਨੀ ਹੈ ਤਾਂ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ। ਜੇ ਬਿਜਲੀ ਦੇਣੀ ਹੋਈ ਹੈ ਤਾਂ ਦਿਨ 'ਚ ਦੇਣੀ ਹੈ। ਬਿਜਲੀ ਦਿੰਦੇ ਤਾਂ ਪਹਿਲਾਂ ਵੀ ਸੀਗੇ, ਪਰ ਟੁੱਟਵੀਂ ਆਉਂਦੀ ਸੀ, ਲੇਟ ਆਉਂਦੀ ਸੀ, ਜਿਹਦੇ ਕਰਕੇ ਤੁਹਾਨੂੰ ਖੱਜਲ ਖੁਆਰੀ ਜ਼ਿਆਦਾ ਹੁੰਦੀ ਸੀ। ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ, ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ, ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ ਜਾਂ ਪਾਕਿਸਤਾਨ ਨੂੰ ਜਾ ਰਿਹਾ। ਮਾਨ ਸਰਕਾਰ ਆਈ ਹੈ, ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੀ ਨਹਿਰੀ ਪਾਣੀ ਹੈ, ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ, ਸਾਡਾ ਧਰਤੀ ਹੇਠਲਾ ਪਾਣੀ ਬਚੇ, ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ। ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤਾਂ ਉਹੀ ਰੰਗਲੀ, ਉਹੀ ਹੱਸਦੀ ਵਸਦੀ ਧਰਤੀ ਦੇ ਕੇ ਜਾਈਏ, ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸਾਂਭ ਕੇ ਰੱਖਿਆ ਸੀ। ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ, ਜਿਹੜੇ ਵੀ ਹੋਰ ਕੰਮ ਕਾਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ, ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਆਉਂਦੇ ਰਹਾਂਗੇ। ਪਹਿਲੀ ਸਰਕਾਰ ਹੈ ਜਿਹੜੀ ਲੋਕ ਪੱਖੀ ਸਰਕਾਰ ਹੈ। ਮੇਰੇ ਬਜ਼ੁਰਗ ਬੈਠੇ ਨੇ, ਇਹਨਾਂ ਦੀਆਂ ਵੀ ਜ਼ਿੰਦਗੀਆਂ ਬੀਤ ਗਈਆਂ।
ਲਾਈਟ ਨੂੰ ਤਰਸਦੇ ਸੀਗੇ ਕਿ ਬਿਜਲੀ ਆ ਜਾਏ, ਜੇ ਬਿਜਲੀ ਹੁੰਦੀ ਸੀ ਤਾਂ ਰਾਤ ਨੂੰ ਆਉਂਦੀ ਸੀ ਆਪਦੇ, ਜਦੋਂ ਲੋਕ ਰੋਟੀ ਪਾਣੀ ਛੱਕ ਕੇ ਆਪਦੇ ਘਰਾਂ ਨੂੰ ਜਿੰਦੇ ਕੁੰਡੇ ਲਾ ਕੇ ਘਰਾਂ 'ਚ ਆਰਾਮ ਕਰਦੇ ਸੀ, ਉਦੋਂ ਬਾਪੂ ਜੀ ਹੁਣੀ ਮੈਨੂੰ ਲੱਗਦਾ ਵੱਟਾਂ 'ਤੇ ਘੁੰਮਦੇ ਸੀ ਅਤੇ ਬਿਜਲੀ ਦਾ ਉਡੀਕ ਕਰਦੇ ਸੀ ਵੀ ਕਿੰਨੇ ਕੁ ਵਜੇ ਆਊਗੀ। ਸੋ ਮਾਨ ਸਰਕਾਰ ਨੇ ਪਹਿਲਾਂ ਆਉਂਦਿਆਂ ਹੀ, ਕਿਉਂਕਿ ਉਹਨਾਂ ਨੇ ਆਪ ਇਹ ਦੁੱਖ ਝੱਲੇ ਹੋਏ ਨੇ, ਉਹਨਾਂ ਨੇ ਸੋਚਿਆ ਕਿ ਕਿਸਾਨਾਂ ਦੀ ਜੇ ਜੂਨ ਸੌਖੀ ਕਰਨੀ ਹੈ ਤਾਂ ਬਿਜਲੀ ਹੈ ਜਿਹੜੀ ਉਹ ਬਹੁਤ ਵੱਡਾ ਮਸਲਾ ਹੈ, ਜੇ ਬਿਜਲੀ ਦੇਣੀ ਹੋਈ ਹੈ ਤਾਂ ਦਿਨ 'ਚ ਦੇਣੀ ਹੈ। ਬਿਜਲੀ ਦਿੰਦੇ ਤਾਂ ਪਹਿਲਾਂ ਵੀ ਸੀਗੇ ਪਰ ਟੁੱਟਵੀਂ ਆਉਂਦੀ ਸੀ, ਲੇਟ ਆਉਂਦੀ ਸੀ, ਜਿਹਦੇ ਕਰਕੇ ਤੁਹਾਨੂੰ ਖੱਜਲ ਖੁਆਰੀ ਜ਼ਿਆਦਾ ਹੁੰਦੀ ਸੀ। ਦੂਜਾ ਵੱਡਾ ਜਿਹੜਾ ਮੰਗ ਵੀ ਸੀਗੀ, ਜਿਹੜੀ ਪੰਜਾਬ ਦੀ ਇੱਕ ਚਿੰਤਾ ਵੀ ਸੀਗੀ ਕਿ ਆਪਣਾ ਨਹਿਰੀ ਪਾਣੀ ਹੈ ਜਿਹੜਾ ਉਹ ਵੀ ਵੇਸਟ ਹੋ ਰਿਹਾ ਸੀ, ਕੋਈ ਉਹਦੀ ਸਾਰ ਨਹੀਂ ਸੀ ਲਈ ਜਾ ਰਹੀ ਵੀ ਕਿੱਧਰ ਨੂੰ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ ਜਾਂ ਪਾਕਿਸਤਾਨ ਨੂੰ ਜਾ ਰਿਹਾ। ਮਾਨ ਸਰਕਾਰ ਆਈ, ਉਹਨਾਂ ਨੇ ਸੋਚਿਆ ਕਿ ਹਰ ਪਿੰਡ ਨੂੰ ਜਿਹੜੀ ਨਹਿਰੀ ਪਾਣੀ ਹੈ, ਹਰ ਜ਼ਿਮੀਦਾਰ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ, ਸਾਡਾ ਧਰਤੀ ਹੇਠਲਾ ਪਾਣੀ ਬਚੇ, ਸਾਡੇ ਅਸੀਂ ਇਹ ਨਾ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਕਿ ਇਹ ਧਰਤੀ ਬੰਜਰ ਹੋ ਗਈ। ਆਪਾਂ ਆਪਣੇ ਬੱਚਿਆਂ ਨੂੰ ਜੇ ਧਰਤੀ ਦੇ ਕੇ ਜਾਣੀ ਹੈ ਤਾਂ ਉਹੀ ਰੰਗਲੀ, ਉਹੀ ਹੱਸਦੀ ਵਸਦੀ ਧਰਤੀ ਦੇ ਕੇ ਜਾਈਏ, ਸਾਡੇ ਬੱਚੇ ਵੀ ਮਾਣ ਮਹਿਸੂਸ ਕਰਨ ਕਿ ਸਾਡੇ ਬਜ਼ੁਰਗਾਂ ਨੇ ਆਪਦੀ ਧਰਤੀ ਨੂੰ ਬਹੁਤ ਸਾਂਭ ਕੇ ਰੱਖਿਆ ਸੀ। ਸੋ ਸਰਕਾਰ ਤੁਹਾਡੇ ਲਈ ਕੰਮ ਕਰ ਰਹੀ ਹੈ, ਜਿਹੜੇ ਵੀ ਹੋਰ ਕੰਮਕਾਰ ਪਿੰਡ ਵਾਲਿਆਂ ਨੇ ਜਾਣੂ ਕਰਾਏ ਨੇ ਉਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਪੂਰੇ ਕਰਾਂਗੇ, ਤੁਹਾਡੇ ਵਿੱਚ ਵਿਚਰਦੇ ਰਹਾਂਗੇ, ਆਉਂਦੇ ਰਹਾਂਗੇ,